जी अस्सलाम वालेकुम जी। जनाब मटी शाहपुर का आने वाले जनाब विजिट कर रहे हैं तो असं थोड़ा दिखा रहे हैं कजले माशाल्लाह खूबसूरत कजले कन्ना वगैरह की लेंथ तुम देखो माशाल्लाह खूबसूरत कजले ने जनाब माशाल्लाह जी खूबसूरत चीज़ा ने जनाब इन्हों के रेट शेयर अस चेक करने रेट शेयर इन्हों के की पहले तुम्हें वेख लो तो फिर अभी तुम रेट रेट शेट दस दें वीर किन्ने किन्ने का है नैक नू पता किन्ने किन्ने का वीर जी है किन्ने किन्ने का है अच्छा जी 22,000 का यानी 22,000 तो लैके 40,000 रुपए की करना है कैजरे खड़े ने कैजरे से निकले ने ये 40,000 रुपए रेट बहुत ज़्यादा ने जी बहुत ज़्यादा रेट है इन्हों के रेट जनाब बहुत ज़्यादा ने मगर लोग देखो कि लै ही जाते हैं वीर जी किन्ने तक है जी किन्ने दी 35,000 किन्ने महीने दी है हां 3 महीने कजली जी मादी 35,000 लो जनाब अगे चल रहे अगले थानू माल दिखाने के आज जरा माल है कुछ नवी होई होई नवी होई होई मादी किन्ने दी ये है 45,000 ते ये जरा सामने जोड़ा खड़ा ये जोड़े तो 90,000 जनाब गाहक शाहक भी इन्होंने को आए हुए हैं रेट जनाब जोड़ा है इन्होंने को रेट है 35 कराई वो बंदा कराए रेट जनाब यो 35-40-45 बस यो रेट है 55 किन्ने दी मादी दे रहा है तू भी दस दे किन्ने दी वीर मादी दे रहा है अच्छा बच्चा इन्हें नाल नहीं है बच्चा नाल ही है उन्हें नाल दे रहे अच्छा लेदर में तो बच्चे तो नाल जे दे बस ज्यादा पैसे फिर किने दी 65,000 तो किन्ने में सोगा 22,000 क्या है यार फिर पिछो पिछो वे ये हड्डियां जेड़ियां ने चोक चाक अजड़ा बेच वे दवा ते हड्डियां खोल दिया ने चलो ठीक है ते जदों वही सी ना किले ते खुराक खासी दवाते ता तगड़ी हो सी तो खुराक भी ते पहन वाली जानी है खुराक सारे मुफ्ते हैं साडे चने नहीं कटती हां उन्होंने केड़ा को गोदाम आप दे ना यार आप भी तो खाना पीना आंदा नहीं जानवर खा लवे तवा को गुनाह है
ਤੇ ਖਵਾ ਕੇ ਲਿਆਂਦਾ ਯਾਰ ਹਾਂ ਇਹਨੇ 30,000 ਦੀ ਭੇਡ ਵੇਚੀ ਤੇ ਉਹ ਲੈ ਕੇ ਚਲੇ ਗਿਆ ਯਾਰ ਉਹਨੂੰ ਤੁਸੀਂ 30,000 ਨਹੀਂ ਰੋਂਦੇ ਉਹ ਤੇ 3 ਮਹੀਨੇ ਦੀ ਨਹੀਂ ਆ ਤੇ ਪੈਸੇ ਹੀ ਫਰਕ ਹੁੰਦਾ ਨਾ ਸਾਡੇ ਚੈਨਾ ਦੇ ਨੇ ਚੱਲਦੇ ਨਹੀਂ ਨੇ ਕਾਇਦੇ ਆਜ਼ਮ ਨਹੀਂ ਹੈ ਕਿ ਤੈਨੂੰ ਅਸੀਂ ਭੇਜੇ ਦੋ ਜੈਨੀ ਦੇ ਦੇ ਚੱਲ ਹੁਣ ਦੱਸ ਇਹਦੇ ਤੁਹਾਡੇ ਕੋਲ ਮੁੱਲ ਹੀ ਬਿਲਕੁਲ ਜਿਹਾ ਜਿਹਾ ਮੰਗਿਆ ਵਾ ਤੁਸੀਂ ਅਗੋ ਚੱਲ ਕੇ ਬਾਕੀ ਆਪਣੀ ਮਰਜ਼ੀ ਦੀ ਗੱਲ 22,000 ਰੁਪਇਆ ਲੈ ਲਈ ਹਾਂ ਨਹੀਂ ਤਾਂ ਚੱਲੇ ਨਹੀਂ ਕੋਈ ਗੱਲ ਨਹੀਂ ਆਪਣੀ ਖਰੀਦ ਵੀ ਨਹੀਂ ਬਣਦੀ ਇਹ ਲਾਸਟ ਤੁਹਾਨੂੰ ਕਿੰਨੇ ਕੁ ਦੀ ਫਾਈਨਲ ਕਿੰਨੇ ਦੀ ਦੇਣੀ ਉਹ ਤਾਂ ਚਲੇ ਗਿਆ ਨਾ ਮੈਂ ਕਿਹੜਾ ਉਹਨਾਂ ਨੂੰ ਸਦਾ ਕੀ ਰੇਟ ਫਾਈਨਲ ਤਾਂ ਲੱਗ ਸੀ 28,000 ਘੱਟ ਕੋਈ ਨੰਬਰ ਨੰਬਰ ਹੈਗਾ ਜੀ ਤੇਰਾ ਨੰਬਰ ਬੋਲ 03348 6064587 6064587 ਨਾਂ ਕੀ ਤੇਰਾ ਰਮਜ਼ਾਨ ਪੱਕਾ ਅੱਡਾ ਤੇਰਾ ਇੱਥੇ ਅਤੇ ਆਹ ਜਿਹੜੇ ਬੱਚੇ ਹੈਗੇ ਤੇਰੇ ਕੋਲ ਇਹਨਾਂ ਦਾ ਕੀ ਰੇਟ ਹੈ ਇੱਧਰ ਉੱਧਰ ਆ ਜਿਹੜਾ ਜੋੜਾ ਪਹਿਲਾਂ ਹੈਗਾ ਇਹਨਾਂ ਦਾ ਕੀ ਰੇਟ ਤੇ ਇਹਨਾਂ ਦਾ ਜੋੜੇ ਦਾ ਲੈ ਲਾ 70,000 ਰੁਪਏ 70,000 ਰੁਪਏ ਯਾਰ ਜੋੜੇ ਦਾ ਜੋੜੇ ਦਾ ਅਤੇ ਅਗਲਾ ਜਿਹੜਾ ਜੋੜਾ ਅਤੇ ਇਹਦੇ ਕਿੰਨੇ ਪੈਸੇ ਇਹ ਜੋੜਾ ਨਾਲ 65,000 ਰੁਪਏ ਅਤੇ ਆਹ ਜੋੜਾ ਨਵਾਂ ਆ ਗਿਆ ਇਸ ਜੋੜੇ ਦੇ ਇਹ ਜੋੜਾ ਵੀ ਨਾਲ 65,000 ਹੀ ਲੱਗਦੀ 65,000 ਅਤੇ ਆਹ ਇਹ ਜੋੜੇ ਦਾ ਵੀ 70,000 ਰੁਪਇਆ ਨੁੱਕਰ ਵਾਲਾ ਜੋੜਾ 85,000 ਰੁਪਇਆ ਦਾ ਪਰ ਲੱਗ ਕਿਹੜਾ ਉਹ ਇਹ ਜਿਹੜਾ ਇਹਦਾ 85,000 ਰੁਪਇਆ ਜੋੜੇ ਦਾ ਜੀ 85 ਯਾਰ ਇੰਨੇ ਰੇਟ ਵੈਸੇ ਕਿਉਂ ਹੈਗੇ ਨੇ ਉਂਝ ਭਾਈ ਮਹਿੰਗੇ ਬੜੇ ਨੇ ਹੈ ਬੰਦੇ ਬੰਦ ਮਹਿੰਗੇ ਦੇ ਮਹਿੰਗੇ ਬੜੇ ਨੇ ਇਹ ਮਾਦੀਆਂ ਅੱਛਾ ਇਹ ਮਾਦੀ ਦੇ ਕਿੰਨੇ ਕਿੰਨੇ ਪੈਸੇ ਕਹਿੰਦੇ ਇਸ ਮਾਦੀ ਦੇ ਕਿੰਨੇ ਪੈਸੇ ਇਸ ਮਾਦੀ ਦਾ ਤੁਹਾਡੇ ਕੋਲ 32,000 ਰੁਪਇਆ ਲੈ ਰਿਹਾ 32,000 ਅਤੇ ਉਹ ਜਿਹੜੀ ਦੂਜੀ ਹੈਗੀ ਆ ਦੋ ਇਹਨਾਂ ਦੋਵਾਂ ਦੇ ਕੀ ਰੇਟ ਉਹ ਪਰਲੀ 28,000 ਪਰਲੀ 28,000 ਅਤੇ ਨਾਂ ਕੀ ਆਪਣਾ ਦੱਸਿਆ ਸੀ ਮੁਹੰਮਦ ਰਮਜ਼ਾਨ ਮੁਹੰਮਦ ਰਮਜ਼ਾਨ ਲਓ ਜੀ ਮੁਹੰਮਦ ਰਮਜ਼ਾਨ ਦੇ ਜਾਨਵਰ ਨੇ ਅਤੇ ਜਨਾਬ ਰੇਟ ਵਗੈਰਾ ਵੀ ਤੁਹਾਨੂੰ ਦੱਸੇ ਨੇ ਰਮਜ਼ਾਨ ਨੇ ਅਤੇ ਜੇਕਰ ਤੁਹਾਡਾ ਮੂਡ ਬਣੇ ਤਾਂ ਜਨਾਬ ਤੁਸੀਂ ਆਓ ਪਿਆਰ ਮੁਹੱਬਤ ਹੋ ਜਾਏਗਾ ਇਹਦੇ ਵਿੱਚ ਅਤੇ ਵਿਜ਼ਿਟ ਕਰੋ ਜਨਾਬ ਅਤੇ ਵਿਜ਼ਿਟ ਵਾਲੀ ਜਗ੍ਹਾ ਤੁਹਾਨੂੰ ਦੱਸ ਦੇਣਾ ਕਿ ਮਨੀਸ਼ਾਪੁਰ ਖਾਜਰਾ ਜਨਾਬ ਇਹ ਲਾਹੌਰ ਦੇ ਵਿੱਚ ਮੰਡੀ ਲੱਗਦੀ ਹਰ ਬੁੱਧ ਦੀ ਬੁੱਧ ਅਤੇ ਜਨਾਬ ਤੁਸੀਂ ਆਓ ਅਤੇ ਜ਼ਿਆਦਾ ਚਾਹੁੰਦੇ ਜੀ ਨਹੀਂ ਇਨਸ਼ਾਅੱਲਾ ਵੀਡੀਓ ਦੇ ਵਿੱਚ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ ਅੱਲਾਹ ਹਾਫਿਜ਼।